कश्मीर टूर अज अपना होने लग्या समाप्त। बहुत जल्दी नाल हुण असीं घर जा रहे हां। थोड़ियां चीज़ां रह गईयां पिछे, वह बंदा पिछे तां छड के जांदा हुंदा क्योंकि अगली बार लई इक सबब बन जांदा गया आउण दा। साडा वैसे दिल करदा सीगा होर भी घूमण दा, कुछ चीज़ां सानू पता किहड़ियां चीज़ां असीं छड के जा रहे हां। मेरा मन भी सी पर दिन साडे कोल घट गए, एमरजेंसी हुण एमरजेंसी करके सानू वापस जाना पिया। अज ये है इकबाल बाई का घर, तो गड्डी अज फाइनली धोती। आप क्यों धोती? क्योंकि ये भाई साहब ने इकबाल बाई के वड्डे ब्रदर, इन्होंने थैंक यू पहले तो आपका है शुक्रिया, इन्होंने गड्डी धोती मेरी। कहते इन्नी गड्डी गंदी मतलब घरे लेके नहीं जानी हैगी। रहामा पिंड का नाँ है जिथे कुपवाड़ा जिला पैंदा, इहनूं तुसीं पहलां भी देखिया होणा, ये सारा इकबाल बाई का घर तुसीं पहलां देखिया सीगा। तो हुण असीं पिंड नूं तुर रहे हां, अज क्यों तुर रहे हां सारा कुछ ਆਪਾਂ ਗੱਲਾਂ ਬਾਤਾਂ ਕਰਾਂਗੇ। ਓਕੇ ਅੰਮਾ ਜੀ, ਠੀਕ ਹੈ, ਸਤਿ ਸ਼੍ਰੀ ਅਕਾਲ, ਫਿਰ ਮਿਲਦੇ ਹਾਂ ਹੈਂ। ਇਹ ਇਕਬਾਲ ਬਾਈ ਦੇ ਮਦਰ ਨੇ ਅਤੇ ਇੱਧਰ ਬੱਚੇ ਨਿਆਣੇ। ਓਕੇ ਬੇਬੀ, ਪਾਕੀਜ਼ਾ ਪਾਕੀਜ਼ਾ ਪਾਕੀਜ਼ਾ, ਇਹਦਾ ਨਾਮ ਹੈ ਪਾਕੀਜ਼ਾ। ਠੀਕ ਹੈ, ਓਕੇ, ਬਾਏ ਬਾਏ, ਥੈਂਕ ਯੂ, ਬਾਏ ਬਾਏ, ਫਿਰ ਮਿਲਾਂਗੇ ਇਨਸ਼ਾਅੱਲਾ, ਫਿਰ ਮਿਲਾਂਗੇ। ਤੇ ਬਾਈ ਸਾਨੂੰ ਛੱਡਣ ਜਾ ਰਹੇ ਆ ਪਿੰਡ ਦੇ ਬਾਹਰ ਤੱਕ, ਤੇ ਲੈ ਵੀ ਲਈਏ ਰੱਬ ਦਾ ਨਾਂ, ਭਲੀ ਕਰੇ ਕਰਤਾਰ, ਵਾਹਿਗੁਰੂ। ਕਸ਼ਮੀਰ ਦੇ ਨਾ ਯਾਰ ਪਿੰਡ ਬਾਹਲੇ ਸੋਹਣੇ ਲੱਗੇ ਮੈਨੂੰ ਤਾਂ, ਤੇ ਪਰਸਨਲੀ ਇੰਨੇ ਸੋਹਣੇ ਲੱਗਦੇ ਆ। ਹੋਰ ਵੀ ਪਿੰਡ ਦੇਖੇ ਆ, ਸਾਊਥ ਇੰਡੀਆ ਦੇ ਦੇਖੇ ਆ ਤੇ ਨੌਰਥ ਈਸਟ ਦੇ ਪਿੰਡ ਦੇਖੇ ਆ, ਬਟ ਜਿਹੜਾ ਕਸ਼ਮੀਰ 'ਚ ਪਤਾ ਨਹੀਂ ਇਹਨਾਂ ਲੋਕਾਂ ਦਾ ਪਿਆਰ ਬਹੁਤ ਹੈ ਨਾ, ਇੰਨਾ ਪਿਆਰ ਕਰਦੇ ਇੱਥੋਂ ਦੇ ਪਿੰਡਾਂ 'ਚੋਂ ਨਾ ਵਾਪਸ ਜਾਣ ਨੂੰ ਬੰਦੇ ਦਾ ਜੀ ਨਹੀਂ ਕਰਦਾ ਹੈਗਾ। ਹੁਣ ਆਏ ਹਾਂ ਅਸੀਂ ਸਾਡੇ ਦੂਜੇ ਦੋਸਤ ਮਾਜ਼ਿਦ ਦੇ ਘਰ, ਅਤੇ ਇਹ ਮਾਜ਼ਿਦ ਇੱਕੋ ਪਿੰਡ ਦੇ ਆ ਬਾਈ ਇਹ ਦੋਨੇ, ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲੇ ਪੀ ਐੱਚ ਡੀ ਕਰਦੇ ਸੀਗੇ, ਅਤੇ ਦੋਨਾਂ ਨੂੰ ਮਿਲ ਕੇ ਇਹਨਾਂ ਦੇ ਘਰ ਵੀ ਮਿਲਣਾ ਸੀਗਾ, ਮਿਲ ਕੇ ਫਿਰ ਨਿਕਲਦੇ ਹਾਂ ਅੱਜ ਪਿੰਡ ਨੂੰ ਵਾਪਸ। ਗੱਲਾਂ ਬਾਤਾਂ ਰਾਹ ਜਾਂਦੇ ਕਰਾਂਗੇ ਆਪਾਂ ਸਾਰੀਆਂ। ਇਹ ਮਾਜ਼ਿਦ ਦਾ ਘਰ ਹੈ, ਇਹ ਬਈ ਬਾਈ ਮਾਜ਼ਿਦ ਦਾ ਘਰ ਆ ਗਿਆ ਆਪਣੇ ਦਾ। ਅਤੇ ਇਹਦੇ ਕਸ਼ਮੀਰ 'ਚ ਨਾ ਜਿਹੜੀਆਂ ਘਰਾਂ ਦੀਆਂ ਛੱਤਾਂ ਉਹ ਨੀਵੀਆਂ ਹੀ ਹੁੰਦੀਆਂ, ਦੇਖੋ ਇਸ ਤਰ੍ਹਾਂ ਦੀਆਂ ਛੋਟੀਆਂ ਪਾਉਂਦੇ ਆ, ਹਾਲਾਂਕਿ ਇਹਨਾਂ ਦੇ ਕੱਦ ਕਾਠ ਇਹਨਾਂ ਦੇ ਵੀ ਵੱਡੇ ਆ। ਅਤੇ ਇਕਬਾਲ ਦਾ ਬਾਈ ਸਾਡੇ ਨਾਲ ਆਏ ਆ ਇੱਥੇ ਘਰ, ਚਾਹੇ ਤੂੰ ਨਹੀਂ ਨਾ ਆਪਣੇ ਕੁਛ ਨਾ ਕੁਛ ਦਿੰਦੇ ਆ ਨਾ। ਅਤੇ ਕਸ਼ਮੀਰ 'ਚ ਸਾਨੂੰ ਜਾਣ ਲੱਗਿਆ ਉਹਨੂੰ ਦੇਖੋ ਅਖਰੋਟ ਦਿੱਤੇ ਆ ਇਹਨਾਂ ਨੇ, ਇਹ ਘਰ ਦੇ ਤੋੜੇ ਹੋਏ ਆ ਜਮਾਂ, ਐਂ ਪਿਆਰ ਕਰਦੇ। ਇਹ ਆਹ ਅਖਰੋਟ ਦਾ ਦਰਖਤ ਸੀ ਇਹਨਾਂ ਦਾ, ਇਹ ਤੋਂ ਤੋੜੇ ਜਿਵੇਂ ਆਪਣੇ ਬੇਰ ਦੇ ਦਿੰਦੇ ਜੀ ਪੁਰਾਣੇ ਟਾਈਮ 'ਚ, ਬੇਰ ਅਮਰੂਦ। ਓਕੇ ਸ਼ੁਕਰੀਆ ਜੀ, ਫਿਰ ਮਿਲਾਂਗੇ ਹੈਂ। ਲੈ ਵੀ ਹੁਣ ਜਾਣਾ ਆਪਾਂ ਪਹਿਲਾਂ ਕੁਪਵਾੜੇ। ਇਹ ਕੁਪਵਾੜੇ ਸ਼ਹਿਰ ਦਾ ਬੱਸ ਸਟੈਂਡ ਹੈ, ਅਤੇ ਪੁਰਾਣੀਆਂ ਬੱਸਾਂ ਇੱਥੇ ਯਾਰ ਬਹੁਤ ਪੁਰਾਣੀਆਂ, ਅਤੇ ਬਾਰਡਰ ਏਰੀਏ ਦਾ ਸ਼ਹਿਰ ਹੈ ਇਹ ਸ਼ਹਿਰ ਨਾ ਤੁਹਾਨੂੰ ਦਿਖਾਉਣਾ ਰਹਿ ਗਿਆ ਸੀਗਾ, ਜਾਂਦੇ ਹੋਏ ਮੈਨੂੰ ਟਾਈਮ ਨਹੀਂ ਲੱਗਿਆ, ਉੱਦਣ ਸਾਨੂੰ ਹਨੇਰਾ ਹੋ ਗਿਆ ਸੀਗਾ, ਅਤੇ ਮੈਨੂੰ ਐਂ ਸੀਗਾ ਥੋੜ੍ਹਾ ਜਿਹਾ ਤੁਹਾਨੂੰ ਜਾਂਦੇ ਜਾਂਦੇ ਸ਼ਹਿਰ ਦਿਖਾਵਾਂ ਜਿਹੜਾ ਕੁਪਵਾੜਾ ਹੈ। ਅਤੇ ਇਹ ਡਿਸਟ੍ਰਿਕਟ ਪੈਂਦਾ, ਬਾਰਡਰ ਏਰੀਆ ਦਾ ਡਿਸਟ੍ਰਿਕਟ ਪੈ ਜਾਂਦਾ ਵੈਸੇ। ਅਤੇ ਬਾਕੀ ਇਹ ਬੱਸ ਸਟੈਂਡ ਹੈ ਇੱਥੇ ਨਾ, ਜਦੋਂ ਮੈਂ ਪਿਛਲੇ ਸਾਲ ਆਇਆ ਸੀਗਾ ਉਦੋਂ ਬੱਸ ਸਟੈਂਡ ਘੁੰਮਿਆ ਮੈਂ, ਇਹਦੀਆਂ ਉੱਧਰਲੇ ਪਾਕਿਸਤਾਨ ਨਾਲ ਦੀਆਂ ਬੱਸਾਂ ਹੈਗੀਆਂ ਸਾਰੀਆਂ, ਜਿਹੀਆਂ ਜਿਹੀਆਂ ਆਪਾਂ ਫਿਲਮਾਂ 'ਚ ਜਿਵੇਂ ਬਜਰੰਗੀ ਬਾਈਜਾਨ ਵਗੈਰਾ ਫਿਲਮਾਂ 'ਚ ਦੇਖਦੇ ਹਾਂ ਹੈ ਨਾ। ਆਹ ਬੱਸਾਂ ਦੇਖੋ ਜਮਾਂ ਉੱਧਰ ਉਹਦੇ ਨਾਲ ਦੀਆਂ, ਜਿਵੇਂ ਬਜਰੰਗੀ ਬਾਈਜਾਨ ਫਿਲਮ ਜਾਂਦੀਆਂ ਨਾ ਪਾਕਿਸਤਾਨ 'ਚ, ਦੇਖੋ ਕਿੱਡੀਆਂ ਘੈਂਟ ਆ। ਕੇਲੇ ਇੱਥੇ 100 ਰੁਪਏ ਦਰਜਨ ਮਿਲਦੇ ਆ, ਮਹਿੰਗੇ ਆ ਕੇਲੇ, ਸੇਬ ਸਸਤੇ ਆ। ਹੋਰ ਕਿਹੜਾ ਫਲ ਹੈ ਕਸ਼ਮੀਰ ਦਾ ਜਿਹੜਾ ਇੱਥੇ ਹੁੰਦਾ ਹੈਗਾ? ਸੇਬ ਹੀ ਹੁੰਦਾ ਗੱਲਾਂ ਹੈ ਨਾ, ਅਖਰੋਟ ਵੀ ਹੁੰਦਾ, ਹਾਂ ਉਹ ਤਾਂ ਚਲੋ ਡਰਾਈ ਫਰੂਟ 'ਚ ਆ ਗਿਆ, ਅਤੇ ਫਲ ਇਕੱਲਾ ਇੱਥੇ ਸੇਬ ਹੀ ਹੁੰਦਾ ਹੈਗਾ। ਕੇਲੇ ਮਹਾਰਾਸ਼ਟਰ ਤੋਂ, ਕਿੱਥੋਂ ਆਉਂਦੇ ਆ ਕੇਲੇ ਫਿਰ ਇੱਥੇ? ਬਾਈ ਮੈਨੂੰ ਕਹਿੰਦਾ ਤੂੰ ਕਿੱਥੋਂ ਆ, ਮੈਂ ਕਿਹਾ ਮੈਂ ਬਰਨਾਲੇ ਤੋਂ, ਕਹਿੰਦਾ ਉਹ ਬੰਦਾ ਤੇਰੇ ਏਰੀਏ 'ਚ ਜਾਂਦਾ ਹੈਗਾ, ਕਹਿੰਦਾ ਉਹਨੂੰ ਮਿਲ ਕੇ ਆ ਜ਼ਰੂਰ। ਮੈਂ ਕਿਹਾ ਸ਼ੋਰ ਜ਼ਰੂਰ ਮਿਲ ਕੇ ਆਵਾਂਗੇ, ਅਤੇ ਬਾਈ ਜਾਂਦਾ ਆਪਣੇ ਏਰੀਏ 'ਚ, ਹੁਣ ਇਹਨੂੰ ਪੁੱਛ ਰਿਹਾ ਕਿੱਥੇ ਕਿੱਥੇ ਜਾਂਦਾ, ਕਿੱਥੇ ਕਿੱਥੇ ਜਾਂਦਾ ਮੈਨੂੰ ਨਾਂ ਤਾਂ ਦੱਸਦੇ, ਪਿੰਡਾਂ ਦੇ ਨਾਂ ਦੱਸਦੇ ਕੱਲੇ ਦੱਸਦੇ ਯਾਰ। ਇਹ ਕਹਿੰਦਾ ਧਨੌਲਾ, ਭੀਖੀ, ਧਲੇਵਾਂ, ਬੁਲਾਡਾ, ਸੰਗਦਾ ਵਿਚਾਰਾ। ਚੱਲ ਕਸ਼ਮੀਰ ਦੇ ਨਾ ਇਕੱਲੀਆਂ ਕੁੜੀਆਂ ਹੀ ਨਹੀਂ, ਮੁੰਡੇ ਵੀ ਮਤਲਬ ਵੀਡੀਓ ਅੱਗੇ ਆਉਣ ਤੋਂ ਸੰਗਦੇ ਆ, ਅਤੇ ਬਾਈ ਕਹਿ ਰਿਹਾ ਸੀ ਕਹਿੰਦਾ ਮੇਰੀ ਵੀਡੀਓ ਨਾ ਪਾਈ, ਅਤੇ ਮੈਂ ਕਿਹਾ ਚੱਲ ਨਹੀਂ ਪਾਉਂਦਾ, ਆਪਾਂ ਕੇਲੇ ਲੈ ਲਏ ਅਤੇ ਹੁਣ ਚੱਲੇ ਹਾਂ ਵਾਪਸ ਗੱਡੀ 'ਤੇ, ਅਤੇ ਇਦੋਂ ਬਾਅਦ 'ਚ ਸਿੱਧਾ ਜਾਣਾ ਗਾ ਸ਼੍ਰੀਨਗਰ, ਅਤੇ ਬਾਕੀ ਸ਼੍ਰੀਨਗਰ ਤੋਂ ਬਾਅਦ ਸਿੱਧਾ ਸ਼ਾਇਦ ਸੋਪੀਆਂ, ਫਿਰ ਪੁਲਵਾਮਾ, ਫਿਰ ਮੁਗਲ ਰੋਡ ਹੋ ਕੇ ਵਾਪਸ ਆਉਣਾ ਹੈਗਾ ਜੰਮੂ ਨੂੰ, ਸਿੱਧਾ ਜੰਮੂ ਜਾਣਾ ਹੈਗਾ।
ਪਹਿਲੀ ਵਾਰ ਨੂੰ ਨਾ ਉਹ ਏਰੀਆ ਰਹਿੰਦਾ ਘੁੰਮਣ ਵਾਲਾ ਜਿਹੜੇ ਸਾਹਮਣੇ ਵੱਡੇ ਵੱਡੇ ਪਹਾੜ ਦਿਖਦੇ ਨੇ ਬੱਦਲਾਂ 'ਚ ਤੇ ਉਹ ਘੁਮਾਉਣਾ ਤੁਹਾਨੂੰ। ਉੱਧਰ ਹੈ ਬਾਰਾਮੂਲਾ, ਗੁਲਮਰਗ, ਤੇ ਵੈਸੇ ਗੁਲਮਰਗ ਬਾਰਾਮੂਲਾ ਇਹ ਤਾਂ ਪਾਪੂਲਰ ਡੈਸਟੀਨੇਸ਼ਨ ਨੇ ਥੋੜ੍ਹੀਆਂ ਜਿਹੀਆਂ, ਤੇ ਹਟ ਕੇ ਇਹ ਤੋਂ ਥੋੜ੍ਹਾ ਜਿਹਾ ਵੈਸੇ ਇਲਾਕਾ ਉਹ ਹੈ ਉਹ ਦਿਖਾਉਣਾ, ਉਹ ਦਿਖਾਉਣ ਵਾਲਾ ਰਹਿੰਦਾ ਹੈਗਾ ਮੇਰੇ ਧਿਆਨ 'ਚ। ਵੈਸੇ ਇਸ ਵਾਰ ਘੁੰਮਣਾ ਸੀ, ਟਾਈਮ ਦੀ ਸ਼ੋਰਟੇਜ ਹੈਗੀ ਤੇ ਸਾਡਾ ਵੀ ਦਿਲ ਕਰਦਾ ਵੈਸੇ ਹੋਰ ਰੁਕਣ ਨੂੰ ਤਾਂ, ਪਰ ਨਹੀਂ ਰੁਕਿਆ ਜਾ ਰਿਹਾ ਹੈ ਨਾ। ਕਸ਼ਮੀਰ 'ਚ ਨਾ ਜਿਹੜੀਆਂ ਜਿਹੜੀਆਂ ਚੀਜ਼ਾਂ ਉਦੋਂ ਰਹਿ ਗਈਆਂ ਦਿਖਾਉਣ ਲੱਗੇ ਵਲੌਗ 'ਚ ਤੁਹਾਨੂੰ, ਅਤੇ ਉਹ ਮੈਂ ਹੁਣ ਦਿਖਾ ਰਿਹਾ ਵਾਪਸੀ 'ਤੇ ਜਾਂਦਾ ਹੋਇਆ। ਅਤੇ ਇਹ ਟਾਂਗੇ ਕੁੱਪਵਾੜਾ ਜਿਹੜਾ ਡਿਸਟ੍ਰਿਕਟ 'ਚ, ਇੱਧਰ ਟਾਂਗੇ ਟੂੰਗੇ ਵੀ ਚੱਲਦੇ ਆ, ਅੱਜ ਵੀ ਦੇਖ ਲਓ ਲੋਕ ਇਹ ਸਾਰਿਆਂ ਸਮਾਨ ਢਾਉਂਦੇ ਆ ਟਾਂਗਿਆਂ 'ਤੇ। ਅਤੇ ਇਹ ਅਸਲ 'ਚ ਨਾ ਪੁਰਾਣਾ ਕਸ਼ਮੀਰ ਆ, ਇੱਧਰ ਨੂੰ ਪੂਰਾ ਪਿੰਡ ਨੇ ਬਹੁਤ ਸਾਰੇ, ਅਤੇ ਇੱਥੇ ਤੁਸੀਂ ਮਤਲਬ ਆਹ ਚੀਜ਼ਾਂ ਨੋਰਮਲ ਦੇਖ ਸਕਦੇ। ਕੀ ਹਾਲ ਹੈ ਜੀ, ਠੀਕ ਹੋ? ਵਧੀਆ, ਤੁਸੀਂ ਸੁਣਾਓ, ਟਾਂਗੇ ਇੱਥੇ ਅੱਜ ਵੀ ਚੱਲਦੇ ਆ? ਚੱਲ ਰਹੇ ਆ। ਅੱਛਾ, ਤੇ ਟਾਂਗਿਆਂ ਦੀ ਜਗ੍ਹਾ ਸਾਡੇ ਤਾਂ ਜਿਵੇਂ ਟੈਂਪੂਆਂ ਟੂੰਪੂਆਂ ਲੈ ਲਈ। ਵੈਸੇ ਮੈਨੂੰ ਲੱਗਦਾ ਇਕੱਲੇ ਕੁਪਵਾੜਾ ਜ਼ਿਲ੍ਹੇ 'ਚ ਹੀ ਹੈ ਨਾ? ਬਾਰਾਮੂਲਾ ਕਿਹੜਾ? ਬਾਰਾਮੂਲਾ, ਬਾਰਾਮੂਲਾ, ਸੁਪੋਰ ਤੇ ਕੁਪਵਾੜਾ। ਅੱਛਾ, ਤਿੰਨ ਤਿੰਨ ਚਾਰ ਥਾਂ ਵੀ ਚੱਲਦੇ ਆ? ਠੀਕ ਹੈ। ਮਾਰੇ ਪੁਰਾਣੇ ਪੰਜਾਬ ਮੇ ਹੁੰਦਾ ਥਾ ਪਹਿਲੇ, ਅਭੀ ਤੋਂ ਨਹੀਂ। ਠੀਕ ਹੈ ਬਾਈ ਓਕੇ ਥੈਂਕ ਯੂ ਯਾਰ ਅੱਛਾ ਲੱਗਾ ਹੈ ਥੈਂਕ ਯੂ ਸੋ ਮਚ। ਤੇ ਹੁਣ ਆਪਾਂ ਚੱਲੇ ਆ, ਇਹ ਮੈਂ ਕਹਾਂ ਪਹੁੰਚ ਗਿਆ ਅਭੀ? ਸੋਪੋਰ ਪਹੁੰਚ ਗਿਆ, ਸੋਪੋਰ, ਠੀਕ ਹੈ। ਉਹ ਦੇਖੋ ਰੇੜਾ ਸੀਗਾ, ਤੇ ਇਹ ਤੇ ਟਾਂਗੇ ਵੀ ਚੱਲਦੇ ਆ, ਟੰਗ ਹੈਗਾ ਇਹ ਬੰਦੇ ਬਿਠਾਉਣ ਵਾਲਾ ਹੈਗਾ। ਸਪੋਰ ਦੀ ਮਾਰਕੀਟ ਚੋਂ ਲੰਘ ਰਹੇ ਸੀ, ਸਪੋਰ ਦਾ ਬਾਜ਼ਾਰ ਇਹ ਸਾਰਾ। ਇਹ ਆ ਗਿਆ ਜੇਲਮ ਦਰਿਆ, ਤੇ ਸ਼੍ਰੀਨਗਰ ਪਹੁੰਚਣ ਵਾਲੇ ਆ। ਸ਼੍ਰੀਨਗਰ ਦੇ ਆਲੇ ਦੁਆਲੇ ਜੇਲਮ ਦਰਿਆ ਘੁੰਮਦਾ ਹੈਗਾ, ਤੇ ਪਹਾੜ ਵੀ ਹੁਣ ਨੇੜੇ ਤੇੜੇ ਆ ਸਾਰੇ ਆਲੇ ਦੁਆਲੇ ਸ਼ੁਰੂ ਹੋ ਗਏ, ਤੇ ਸਰਦੀਆਂ 'ਚ ਇਹ ਜੰਮ ਜਾਂਦਾ। ਹੁਣ ਆਪਾਂ ਜਿਹੜਾ ਇਸ ਤੋਂ ਬਾਅਦ 'ਚ ਕਸ਼ਮੀਰ ਦਾ ਟੂਰ ਲਾਉਣਾ, ਵਿੰਟਰ 'ਚ ਇੱਕ ਵਾਰੀ ਫੇਰ ਆਵਾਂਗੇ, ਕਿਉਂਕਿ ਉਦੋਂ ਵੈਸੇ ਦਰਿਆ ਨਹੀਂ ਜੰਮਦਾ, ਆਲੇ ਦੁਆਲੇ ਬਰਫ਼ ਹੁੰਦੀ ਆ, ਮਤਲਬ ਸਾਰਾ ਵਿੰਟਰ 'ਚ ਕਿਵੇਂ ਦਾ ਰਹਿਣ ਸਹਿਣ ਹੁੰਦਾ ਅਤੇ ਕਿਹੋ ਜਿਹਾ ਲੱਗਦਾ ਕਸ਼ਮੀਰ ਸਾਰੇ ਦਾ ਸਾਰਾ, ਹੈ ਨਾ। ਅਤੇ ਉਹ ਵੀ ਇੱਕ ਦੇਖਣ ਵਾਲਾ ਹੁੰਦਾ। ਵਿੰਟਰ 'ਚ ਦੁਬਾਰਾ ਹੁਣ ਕਰ ਰਹੇ ਹਾਂ ਅਸੀਂ, ਮਤਲਬ ਜਿਹੜੀ ਕਸ਼ਮੀਰ ਵੈਲੀ ਹੈ ਪੂਰੀ ਉਹ ਦਿਖਾਵਾਂਗੇ। ਪੁਰਾਣਾ ਬ੍ਰਿਜ ਹੈਗਾ ਜਿਹੜਾ ਤੁਹਾਨੂੰ ਦਿਖਾਉਣਾ ਸੀ, ਇਹ ਦੇਖ ਕੇ ਮੈਂ ਰੁਕਿਆ ਸੀਗਾ। ਪਹਿਲਾਂ ਪੁਲ ਨਾ ਇਹੋ ਜਿਹੇ ਹੁੰਦੇ ਸੀਗੇ ਲੱਕੜ ਦੇ, ਕਸ਼ਮੀਰ 'ਚ ਦੇਖੋ ਕਿਵੇਂ ਬਣਾਇਆ ਹੋਊਗਾ, ਕਿੰਨਾ ਪੁਰਾਣਾ ਹੋਊਗਾ, ਇਹ ਢਹਿ ਗਿਆ ਹੁਣ। ਇੱਧਰਲੇ ਪਾਸੇ ਨਵਾਂ ਪੁਲ ਬਣਿਆ ਹੋਇਆ ਹੈਗਾ, ਅਤੇ ਬਾਕੀ ਹੁਣ ਤਾਂ ਜਾਂਦੀ ਜਾਂਦੀ ਵਾਰ ਦਾ ਕਸ਼ਮੀਰ ਦੇਖ ਰਹੇ ਹਾਂ ਸਾਰਾ। ਉਹ ਉੱਧਰਲੇ ਪਾਸੇ ਵੀ ਇੱਕ ਲੱਕੜ ਦਾ ਬ੍ਰਿਜ ਬਣਿਆ ਮੈਨੂੰ ਸਾਹਮਣੇ ਦਿਖ ਰਿਹਾ ਹੈਗਾ, ਅਤੇ ਕਿਉਂਕਿ ਇਸ ਤੋਂ ਬਾਅਦ 'ਚ 3-4 ਮਹੀਨੇ ਸ਼ਾਇਦ ਫਰਵਰੀ 'ਚ ਆਵਾਂਗੇ। ਦਸੰਬਰ ਜਨਵਰੀ 'ਚ ਠੰਡ ਜ਼ਿਆਦਾ ਹੁੰਦੀ ਹੈ ਯਾਰ, ਉਦੋਂ ਆਇਆ ਵੀ ਨਹੀਂ ਜਾਂਦਾ, ਅਤੇ ਫਰਵਰੀ 'ਚ ਮੌਸਮ ਠੀਕ ਹੋ ਜਾਂਦਾ ਕੁਛ, ਉਦੋਂ ਵਿੰਟਰ ਸੀਜ਼ਨ ਵੀ ਦੇਖਣ ਨੂੰ ਮਿਲਜੂ, ਬਰਫ਼ ਦੇਖਣ ਨੂੰ ਮਿਲਜੂ ਸਾਰੀ, ਹੈ ਨਾ। ਜੰਮੂ 337, ਸ਼੍ਰੀਨਗਰ 43 ਰਹਿ ਗਿਆ ਬਈ। ਗੁਲਮਰਗ ਨੂੰ ਇੱਧਰ ਨੂੰ ਰਸਤਾ ਜਾਂਦਾ, ਅਤੇ ਗੁਲਮਰਗ ਆਪਾਂ ਜਾਣਾ ਨਹੀਂ ਹੈਗਾ, ਅਤੇ ਸਿੱਧਾ ਸ਼੍ਰੀਨਗਰ ਵਾਲੇ ਰੋਡ 'ਤੇ ਜਾਣਾ ਹੁਣ। ਕਸ਼ਮੀਰ ਤੋਂ ਪਿੰਡ ਨੂੰ ਜਾਈਏ, ਅਤੇ ਘਰ ਦੇ ਗਾਲਾਂ ਨਹੀਂ ਕੱਢਣਗੇ ਫਿਰ, ਹੁਣ ਰੁਕੇ ਹਾਂ ਰਾਹ ਜਾਂਦੇ ਬਾਗ 'ਚ। ਅਤੇ ਸ਼੍ਰੀਨਗਰ ਦੇ ਨੇੜੇ ਤੇੜੇ ਬਾਗ ਬਹੁਤ ਆ, ਅਤੇ ਵੈਸੇ ਤਾਂ ਅਨੰਤਨਾਗ ਜਾਂ ਸ਼ੋਪੀਆਂ ਕੋਲ ਜ਼ਿਆਦਾ, ਅਤੇ ਇੱਥੇ ਵੈਸੇ ਸੇਬ ਮਿਲਦੇ ਆ ਪੂਰਾ। ਇੱਥੇ ਭਰ ਰਹੇ ਸੀ ਟੈਂਪੂਆਂ ਦੇ ਟੈਂਪੂ, ਅਤੇ ਮੈਂ ਕਿਹਾ ਚੱਲ ਰੋਕ ਲਈਏ। ਗਰਮੀ ਬਹੁਤ ਆ ਯਾਰ ਇਸ ਏਰੀਏ 'ਚ ਪੂਰੇ 'ਚ। ਜਦੋਂ ਅਸੀਂ ਕੁੱਪਵਾੜਾ ਸੀ ਨਾ, ਜਾਂ ਪਹਿਲਾਂ ਗਰੇਜ਼ ਵੈਲੀ ਜਿੰਨੇ ਤੁਸੀਂ ਬਾਰਡਰ 'ਤੇ ਪਹਿਲਾਂ ਦੇਖੇ ਸੀ ਪਿੰਡ, ਉੱਥੇ ਠੰਡ ਸੀਗੀ। ਸ਼੍ਰੀਨਗਰ ਦੇ ਆਲੇ ਦੁਆਲੇ ਜੂਨ ਤੋਂ ਲੈ ਕੇ ਸਤੰਬਰ ਤੱਕ ਸਾਰੇ ਗਰਮੀ ਹੁੰਦੀ ਆ। ਇਹ ਏਰੀਆ ਯਾਰ ਸੋਹਣਾ ਵਾਲਾ ਹੈਗਾ, ਅਤੇ ਸਰਦੀਆਂ 'ਚ ਮੈਨੂੰ ਲੱਗਦਾ ਬਾਹਲਾ ਸੋਹਣਾ ਹੁੰਦਾ ਹੋਊ ਇਹ ਏਰੀਆ, ਕਿਉਂਕਿ ਜਿਹੜੇ ਆ ਲੰਬੇ ਲੰਬੇ ਦਰੱਖਤ ਆ ਨਾ ਸਾਰੇ, ਇਹ ਸਾਰੇ ਦਰੱਖਤ ਪੱਤੇ ਝਾੜ ਦਿੰਦੇ, ਅਤੇ ਆਲੇ ਦੁਆਲੇ ਬਰਫ਼ ਹੁੰਦੀ ਹੈ। ਜਿੰਨੇ ਆ ਹੁਣ ਸੇਬਾਂ ਦੇ ਬਾਗ ਤੁਹਾਨੂੰ ਆਲੇ ਦੁਆਲੇ ਦੇਖਣ ਨੂੰ ਮਿਲ ਰਹੇ ਆ, ਹੈ ਨਾ, ਜਾਂ ਪਾਪੂਲਰ ਹੈ ਮੈਨੂੰ ਲੱਗਦਾ ਜਿੰਨੇ ਲੰਬੇ ਲੰਬੇ ਆ, ਅਤੇ ਇਹਨਾਂ ਤੋਂ ਸਾਰਿਆਂ ਤੋਂ ਪੱਤੇ ਝੜ ਜਾਂਦੇ ਹੋਣਗੇ, ਅਤੇ ਸਨੋਫਾਲ ਹੁੰਦੀ ਕਿੰਨੀ ਵਧੀਆ ਲੱਗਦੀ ਹੋਈ ਏਰੀਏ 'ਚ। ਅਤੇ ਇਹ ਤੁਹਾਨੂੰ ਵਿਊ ਦੇਖਣ ਨੂੰ ਮਿਲੂਗਾ ਹੁਣ ਫਰਵਰੀ 'ਚ, ਫਰਵਰੀ 'ਚ ਹੋਪਸੋ ਦੁਬਾਰਾ ਪਲੈਨ ਕਰਾਂਗੇ। 90 ਦੇ ਟਾਈਮ ਨਾ ਕੁੱਪਵਾੜਾ ਜਿਹੜਾ ਸੀਗਾ ਬਹੁਤ ਜ਼ਿਆਦਾ ਮਤਲਬ ਹੌਟ ਰਿਹਾਗਾ, ਮਿਲੀਟੈਂਸੀ ਬਹੁਤ ਜ਼ਿਆਦਾ ਸੀਗੀ ਇਹ ਏਰੀਏ 'ਚ। ਅਤੇ ਪਿੱਛੇ ਜੇ ਤੁਸੀਂ ਲਾ ਲਓ ਵੀ 2010-12 ਤੱਕ, ਅਤੇ 19 ਕਸ਼ਮੀਰ 'ਚ ਫੌਜ ਹੁੰਦੀ ਸੀ ਅਤੇ 19 ਕੁੱਪਵਾੜੇ 'ਚ ਹੁੰਦੀ ਸੀਗੀ, ਇੰਨਾ ਮਿਲੀਟੈਂਸੀ ਦਾ ਜ਼ੋਰ ਸੀਗਾ ਇੱਧਰ। ਹੁਣ ਤਾਂ ਖੈਰ ਠੀਕ ਹੈ,
ਅਸੀਂ ਪਿੰਡ 'ਚ ਵੀ ਰਹਿ ਕੇ ਆਏ ਹਾਂ ਨਾ ਸਾਰੇ ਕਿਤੇ। ਇਹ ਫੌਜੀ ਬਾਈ ਆ ਨਾ ਜਿਹੜੇ, ਇਹਨਾਂ ਦਾ ਪਿਆਰ ਹੈ ਨਾ ਤੇ ਇਹ ਜਾਣ ਨਹੀਂ ਦਿੰਦੇ ਸਾਨੂੰ ਕਸ਼ਮੀਰ 'ਚ। ਦੇਖ ਲਓ ਅੱਜ ਰਾਹ 'ਚ ਘਿਰ ਗਏ ਅਸੀਂ ਤੇ ਪਹਿਲਾਂ ਇੱਕ ਦੋ ਡੱਬੇ ਸਾਡੇ ਕੋਲ ਪਹਿਲਾਂ ਪਏ ਆ। ਕਹਿੰਦੇ ਪਹਿਲਾਂ ਤਾਂ ਕਹਿੰਦੇ ਸੀ ਅੰਦਰ ਆ ਜਾਓ, ਅੰਦਰ ਕਹਿੰਦੇ ਜੇ ਨਹੀਂ। ਮੈਂ ਕਿਹਾ ਕਾਹਲੀ ਆ, ਮੈਂ ਕਿਹਾ ਕਾਹਲੀ ਆ, ਅਸੀਂ ਜਾਣਾ ਵਾਪਸ ਪੰਜਾਬ। ਆ ਫਿਰ ਆ ਦੋ ਗਿਫਟ ਦੇ ਦੇ ਜਿਵੇਂ ਸੰਧਾਰੇ ਵਾਲੇ ਪੀਪੇ ਦੇ ਦਿੰਦੇ ਨੇ। ਧੰਨਵਾਦ ਭਰਾਵੋ, ਥੈਂਕ ਯੂ ਵੀਰੇ ਯਾਰ, ਸੱਚੀ ਬਹੁਤ ਚੰਗਾ ਲੱਗਿਆ। ਗੁਰਦਾਸਪੁਰ ਤੋਂ ਤੁਸੀਂ? ਤੁਸੀਂ ਬਾਈ ਮੋਹਾਲੀ ਤੋਂ? ਪਿੰਡ ਹੈ ਕੋਈ? ਅੱਛਾ, ਇੱਕ ਫੇਸ ਮੋਹਾਲੀ, ਠੀਕ ਹੈ। ਚਲੋ ਜਿਉਂਦੇ ਵਸਦੇ ਰਹੋ। ਹਾਂ, ਤੁਹਾਡਾ ਪਿਆਰ ਸੱਚੀ ਆ ਟੂਰ ਚ ਬਾਲਾ ਪਿਆਰ ਦਿੱਤਾ ਫੌਜੀਆਂ ਨੇ, ਮੈਨੂੰ ਐ ਲੱਗਦਾ। ਹਾਂ, ਰੋਟੀ ਲਾ ਕੇ ਖਵਾਈ ਤੇ ਸਾਰੇ ਪੰਜਾਬ ਦੇ ਫੌਜੀ ਮੇਲਾ ਦਾ ਜਿਵੇਂ ਇੱਥੇ ਹੁੰਦੇ ਕੱਲੇ ਕਸ਼ਮੀਰ ਜੀ, ਹੈ ਨਾ, ਇੰਨਾ ਪਿਆਰ ਮਿਲਿਆ। ਸ਼ੁਕਰੀਆ ਵੀਰੇ, ਬਹੁਤ ਬਹੁਤ ਤੁਹਾਡਾ। ਸ਼੍ਰੀਨਗਰ ਦੇ ਬਾਹਰ ਬਾਹਰ ਆ ਹੁਣ, ਬਾਈਪਾਸ ਤੇ ਸ਼੍ਰੀਨਗਰ ਕ੍ਰੋਸ ਕਰ ਰਹੇ ਹਾਂ ਤੇ ਬਾਈ ਨੂੰ ਨਾ ਮੈਂ ਉਹਦੀ ਯੂਨਿਟ ਦੇ ਬਾਹਰ RR ਦੇ ਬਾਹਰ ਨਾ ਇਨ 400 ਮੀਟਰਸ ਟਰਨ ਰਾਈਟ ਟੂ ਸਟੇ ਔਨ ਨੈਸ਼ਨਲ ਹਾਈਵੇ 1। ਠੀਕ ਹੈ ਭਣੇ, ਠੀਕ ਹੈ, ਓਕੇ, ਮੈਂ ਸਮਝ ਗਿਆ। ਤੇ ਰਾਸ਼ਟਰੀ ਰਾਈਫਲ ਬਾਈ ਦੀ ਯੂਨਿਟ ਸੀ ਉੱਥੇ ਮਿਲਣ ਗਿਆ, ਕਿਉਂਕਿ ਨਾ ਬਾਈ ਨੇ ਨੰਬਰ ਬੜੇ ਟੇਢੇ ਤਰੀਕੇ ਢੰਗ ਨਾਲ ਮੇਰਾ ਨੰਬਰ ਲਿਆ ਤੇ ਮੈਂ ਤੁਹਾਨੂੰ ਜਾਂਦਾ ਗੱਡੀ ਨਾਲ ਮੈਚ ਕਰਦਾ ਮੇਰਾ ਫੋਨ ਨੰਬਰ ਬੈਕ ਡਿਜਿਟ ਤੇ ਉਹਨੇ ਜਿਹੜੇ ਤਰੀਕੇ ਨਾਲ ਲੱਭਿਆ ਬਸ ਮੈਂ ਉਹ ਪੁੱਛਣ ਟਰਨ ਰਾਈਟ ਟੂ ਸਟੇ ਔਨ ਨੈਸ਼ਨਲ ਹਾਈਵੇ 1 ਤੇ ਇਹ ਹੁਣ ਮੈਨੂੰ ਕਹਿੰਦੀ ਵੀ ਟਰਨ ਰਾਈਟ ਹੋ ਜਾਓ, ਤੁਸੀਂ ਬਾਈਪਾਸ ਸ਼੍ਰੀਨਗਰ ਟੱਪ ਜਾਓ ਤੇ ਉਹ ਸਾਹਮਣੇ ਵਾਲੇ ਪਾਸੇ ਸ਼੍ਰੀਨਗਰ ਰਹਿ ਗਿਆ ਤੇ ਆਪਾਂ ਮੁੜ ਚੱਲੇ ਹੁਣ ਜੀ ਪੁਲਵਾਮਾ ਨੂੰ। ਰੱਜ ਰੱਜ ਦੇਖ ਲਓ ਬਈ ਇਹ ਸਾਰੇ ਇਲਾਕੇ ਨੂੰ। ਇਦੋਂ ਬਾਅਦ 'ਚ ਤੁਹਾਨੂੰ ਸਿੱਧਾ ਅਗਲਾ ਵਲੌਗ ਕਸ਼ਮੀਰ ਤੋਂ ਸਰਦੀਆਂ 'ਚ ਦੇਖਣ ਨੂੰ ਮਿਲੂਗਾ। ਇਦੋਂ ਬਾਅਦ 'ਚ ਆਪਣੇ ਹੋਰ ਟੂਰ ਚੱਲਣਗੇ ਤੇ ਜਿਹੜਾ ਕਸ਼ਮੀਰ ਹੈ, ਕਸ਼ਮੀਰ ਨਹੀਂ ਮੁੜ ਕੇ ਦੇਖਣ ਨੂੰ ਮਿਲਣਾ। ਇੱਥੇ ਸਾਰਾ ਪੂਰਾ ਸਿਨੈਰੀਓ ਚੇਂਜ ਹੋਣ ਜਾਣਾ ਤੇ ਬਰਫ਼ ਪਈ ਹੋਊ, ਜਿਹੜੀਆਂ ਹੁਣ ਧੂਲ ਮਿੱਟੀ ਜੀ ਹੈ ਇਹ ਸ਼ਾਂਤ ਹੋਊਗੀ, ਹੈ ਨਾ, ਠੰਡ ਹੋਊਗੀ, ਥੱਲੇ ਮੋਟੀ ਚਾਦਰ ਬਰਫ਼ ਦੀ ਵਿਛੀ ਹੋਈ, ਨਹੀਂ ਪਤਾ ਉੱਪਰੋਂ ਵੀ ਬਰਫ਼ ਡਿੱਗਦੀ ਹੋਈ ਉਹਨਾਂ ਦਿਨਾਂ 'ਚ। ਪਹੁੰਚਣ ਵਾਲੇ ਹੈਗੇ ਪੁਲਵਾਮਾ ਤੇ ਮੈਂ ਕਿਹਾ ਜਾਂਦੇ ਜਾਂਦੇ ਬਿਰਿਆਨੀ ਬਰੂਨੀ ਖਾ ਲਈਏ ਅਤੇ ਇਦੋਂ ਬਾਅਦ 'ਚ ਕਿਤੇ ਕਸ਼ਮੀਰੀ ਬਿਰਿਆਨੀ ਮਿਲੂਗੀ। ਅਤੇ ਵੈਸੇ ਤਾਂ ਰੋਟੀ ਖਾਣ ਦਾ ਮਨ ਸੀਗਾ ਪਰ ਖੁਸ਼ੀ ਨੂੰ, ਖੁਸ਼ੀ ਦਾ ਮਨ ਸੀਗਾ ਰੋਟੀ ਖਾਣ ਦਾ, ਮੈਂ ਮਨਾ ਲਿਆ ਧੱਕੇ ਨਾਲ ਵੀ ਬਿਰਿਆਨੀ ਹੀ ਖਾਣੀ ਹੈ। ਕੀ ਹਾਲ ਹੈ ਜੀ, ਠੀਕ ਹੋ ਜੀ? ਦੇਖੋ ਬਿਰਿਆਨੀ ਇੱਥੇ ਇਹ ਹਿਸਾਬ ਦੀ ਆਈ ਹੈ ਵੀ ਚਿਕਨ ਹੱਡਾ ਹੈ, ਇਹ ਸਿਰਫ ਮੇਰੇ ਲਈ ਖੁਸ਼ੀ ਨੇ ਇਕੱਲੇ ਚੌਲ ਖਾਣੇ ਆ, ਇਹਦਾ ਨਾਂ ਦੀ ਬਿਰਿਆਨੀ ਹੈ। ਅਤੇ ਬਾਕੀ ਬਾਈ ਨੇ ਨਵਾਂ ਨਵਾਂ ਕੰਮ ਸ਼ੁਰੂ ਕੀਤਾ, ਪਰਮਾਤਮਾ ਭਾਗ ਲਾਵੇ ਇਹਦੇ ਕੰਮ ਨੂੰ, ਵਧੀਆ ਸਾਰਾ ਚੱਲੇ, ਹੈ ਨਾ। ਅਤੇ ਬਾਈ ਕਹਿੰਦਾ ਮਹੀਨਾ ਕੀ ਹੋਇਆ ਜੇ ਰੈਸਟੋਰੈਂਟ ਖੋਲ੍ਹੇ ਨੂੰ। ਜਿਹੜਾ ਇੱਧਰਲਾ ਏਰੀਆ ਨਾ ਸ਼ੋਪੀਆਂ ਪੁਲਵਾਮਾ ਵਾਲਾ, ਅਤੇ ਮੈਂ ਪਹਿਲੀ ਵਾਰੀ ਇੱਧਰਲੇ ਪਾਸੇ ਆ ਰਿਹਾ ਅਤੇ ਸਾਰਾ ਪਿੰਡਾਂ ਵਾਲਾ ਏਰੀਆ ਹੈਗਾ, ਆਹ ਲਿੰਕ ਰੋਡ ਜਾਂਦੇ ਕੋਈ ਵੱਡੇ ਰੋਡ ਨਹੀਂ ਜਾਂਦੇ, ਬਟ ਇਹਦਾ ਨਾਮ ਮਤਲਬ ਕਾਫੀ ਸੁਣਿਆ ਸੀ ਹੁਣ ਤੱਕ ਇਹ ਇਲਾਕੇ ਦਾ। ਜਿਵੇਂ ਪੁਲਵਾਮਾ ਤਾਂ ਚਲੋ ਅਟੈਕ ਕਰਕੇ ਥੋੜ੍ਹਾ ਜਿਹਾ ਵੱਧ ਪਾਪੂਲਰ ਹੋ ਗਿਆ ਸੀ ਨਾ, ਪੁਲਵਾਮਾ ਅਟੈਕ ਦੇ ਨਾਮ ਨਾਲ ਜਾਣਿਆ ਜਾਂਦਾ, ਅਤੇ ਸ਼ੋਪੀਆਂ ਵੀ ਬਹੁਤ ਮਸ਼ਹੂਰ ਰਹੇਗਾ। ਅਤੇ ਸਾਨੂੰ ਐਂ ਸੀਗਾ ਵੀ ਇਹ ਇੱਧਰ ਦੀ ਐਤਕੀ ਜਾਈਏ ਕਿਉਂਕਿ ਇਹ ਰੋਡ ਦੇਖਿਆ ਨਹੀਂ ਸੀਗਾ, ਪਰ ਸਾਰੇ ਪਿੰਡ ਹੀ ਪਿੰਡ ਆ ਕਸ਼ਮੀਰ ਦੇ ਇੱਧਰ। ਜੇ ਤੁਸੀਂ ਮੈਨੂੰ ਲੱਗਦਾ ਜ਼ਿਆਦਾ ਪਿੰਡਾਂ ਵਾਲਾ ਏਰੀਆ ਪਸੰਦ ਕਰਦੇ ਹੋ ਕਸ਼ਮੀਰ ਦਾ, ਤਾਂ ਇੱਧਰਲੇ ਪਾਸੇ ਆ ਜਿਓ ਇਸ ਇਲਾਕੇ 'ਚ, ਇਹ ਵੱਧ ਸੋਹਣਾ ਲੱਗੂਗਾ ਤੁਹਾਨੂੰ ਅਤੇ ਵੱਧ ਐਕਸਪੀਰੀਅੰਸ ਹੋਊਗਾ ਇੱਧਰ ਕਸ਼ਮੀਰ ਦੇ ਪਿੰਡਾਂ ਦੇ ਕਲਚਰ ਦਾ। ਸ਼ੋਪੀਆਂ ਪੁਲਵਾਮਾ ਲੰਘ ਗਿਆ ਸੀਗਾ ਪਿੱਛੇ, ਰੁਕੇ ਨਹੀਂ, ਅਤੇ ਅਸੀਂ ਸੋਚਿਆ ਜਾਂਦੇ ਜਾਂਦੇ ਸੇਬ ਹੀ ਖਾ ਲਈਏ ਹੁਣ, ਹੈ ਕੋਈ ਜਾਂਦੀ ਰੁੱਤ ਦਾ ਮੇਵਾ ਇਹ, ਕਿਉਂਕਿ ਇਦੋਂ ਬਾਅਦ 'ਚ ਹੁਣ ਜਿਉਂ ਜਿਉਂ ਅੱਗੇ ਨੂੰ ਜਾਈ ਜਾਂਦੇ ਹਾਂ ਕਸ਼ਮੀਰ 'ਚੋਂ, ਕਸ਼ਮੀਰ 'ਚੋਂ ਨਿਕਲ ਜਾਣਾ ਹੈਗਾ, ਅਤੇ ਅਸੀਂ ਸੋਚਿਆ ਵੀ ਜਾਂਦੇ ਜਾਂਦੇ ਸੇਬ ਟਪਕਾ ਦਈਏ, ਮੁੜ ਕੇ ਤਾਂ ਵਿੰਟਰ 'ਚ ਤਾਂ ਹੋਣੇ ਨਹੀਂ ਇਹ, ਅਗਲੀਆਂ ਗਰਮੀਆਂ 'ਚ ਅਸੀਂ ਕਸ਼ਮੀਰ ਆਉਣਾ ਨਹੀਂ, ਸੋ ਇਸ ਕਰਕੇ ਸਾਡੇ ਕਸ਼ਮੀਰ ਦੇ ਲਾਸਟ ਸੇਬ ਨੇ ਜਿਹੜੇ ਅਸੀਂ ਤੋੜ ਕੇ ਖਾਣੇ ਆ। ਹੁਣ ਅਸੀਂ ਵੜਨ ਲੱਗੇ ਹਾਂ ਬਾਗ 'ਚ। ਇੱਥੇ ਨਾ ਕਿਸੇ ਦੇ ਵੀ ਬਾਗ 'ਚ ਬਸ ਇਹ ਕੰਮ ਕਰੀਦਾ ਹੁੰਦਾ, ਕੁੰਡਾ ਖੋਲੀਦਾ ਅਤੇ ਅੰਦਰ ਜਾਈਦਾ ਹੈਗਾ, ਟਾਈਟ ਆ ਥੋੜ੍ਹਾ ਜਿਹਾ ਕੁੰਡਾ ਖੋਲਦਾ ਮੈਂ, ਡਾਂਗਾ ਕੋਈ ਨਹੀਂ ਲਾਉਂਦਾ ਇੱਥੇ, ਕੋਈ ਕੁਛ ਨਹੀਂ ਕਹਿੰਦਾ ਹੈਗਾ। ਇਹ ਕੁੰਡਾ ਨਾ ਵੀ ਖੋਲ੍ਹੇ ਨਾ ਫਿਰ ਇੱਧਰ ਦੀ ਰਸਤਾ ਹੁੰਦਾ ਟੇਢੇ ਢੰਗ ਵਾਲਾ, ਫਿਰ ਉੱਧਰ ਦੀ ਸਿੱਧੀ ਐਂਟਰੀ ਮਿਲ ਜਾਂਦੀ ਹੈ ਬਾਈਪਾਸ, ਅਤੇ ਆਪਾਂ ਪਹੁੰਚ ਗਏ ਬਾਗ ਦੇ ਵਿੱਚ। ਹੁਣ ਦੇਖੋ ਸੋਹਣਾ ਜਿਹਾ ਸੇਬ ਤੋੜ ਕੇ ਖਾਣਾ ਹੈਗਾ, ਅਤੇ ਸਾਰੇ ਸੇਬ ਨੇ। ਹਾਂਜੀ, ਜਾ ਨਹੀਂ ਮੋਟੀ ਏ ਕੁੜੀਏ, ਆ ਜਾ ਨਾ ਯਾਰ, ਉੱਪਰ ਦੀ ਥੱਲੇ ਪੈਰ ਰੱਖੋ, ਹਾਂ ਗੁੱਡ ਬੇਬੀ। ਅਤੇ ਸੇਬ ਆਹ ਤੇ ਦੇਖੋ ਯਾਰ ਕਿੰਨੇ ਸੇਬ ਲੱਗੇ ਆਹ ਬੂਟੇ ਨੂੰ, ਬਾਹਲੇ ਸੇਬ ਆ ਸੱਚੀ। ਕਸ਼ਮੀਰ 'ਚ ਨਾ ਆਹ ਰੁੱਤ 'ਚ ਤੁਸੀਂ ਆਇਓ, ਇਹ 'ਚ ਵੈਸੇ ਊਂ ਤਾਂ ਗ੍ਰੀਨ ਗ੍ਰੀਨ ਤਾਂ ਨਹੀਂ ਕਸ਼ਮੀਰ ਦਿਖਦਾ ਹੁੰਦਾ, ਪਰ ਤੁਹਾਨੂੰ ਸੇਬ ਮਿਲ ਜਾਣਗੇ, ਹੋਰ ਬਹੁਤ ਕੁਛ ਮਿਲ ਜੂ, ਹੈ ਨਾ। ਹਰ ਰੁੱਤ ਦੀ ਇੱਕ ਆਪਦੀ ਖੂਬਸੂਰਤੀ ਆ ਕਸ਼ਮੀਰ ਦੀ। ਇਸ ਤੋਂ ਬਾਅਦ ਹੁਣ ਵਿੰਟਰ ਦੀ ਖੂਬਸੂਰਤੀ ਦਿਖਾਵਾਂਗੇ,
ਤੇ ਜੂਨ ਜੁਲਾਈ ਚ ਵੀ ਕਸ਼ਮੀਰ ਦੇਖ ਲਿਆ, ਇਸ ਵਾਰ ਸਤੰਬਰ ਚ ਵੀ ਕਸ਼ਮੀਰ ਦੇਖ ਲਿਆ, ਇਹ ਤੋਂ ਬਾਅਦ ਚ ਜਿਹੜਾ ਦਸੰਬਰ ਜਨਵਰੀ ਚ, ਵੈਸੇ ਅਸੀਂ ਫਰਵਰੀ ਚ ਆਉਣ ਦੀ ਸੋਚ ਰਹੇ ਹਾਂ ਕਿਉਂਕਿ ਠੰਡ ਹੁੰਦੀ ਹੈ, ਤੁਹਾਨੂੰ ਪਹਿਲਾਂ ਹੀ ਦੱਸਤਾ ਸੀਗਾ, ਤੇ ਫਰਵਰੀ ਚ ਕਸ਼ਮੀਰ ਆਵਾਂਗੇ, ਪੂਰਾ ਬਰਫ਼ ਨਾਲ ਢਕਿਆ ਹੋਊਗਾ, ਤੇ ਆਹ ਜਿਹੜੇ ਸੇਬਾਂ ਦੇ ਬਾਗ ਹੈ ਇਹਨਾਂ ਕੱਲੀਆਂ ਟਾਣੀਆਂ ਟਾਣੀਆਂ ਜਿਹੀਆਂ ਰਹਿ ਜਾਂਦੀਆਂ ਹੁੰਦੀਆਂ ਹਨ। ਖੁਸ਼ੀ ਆਹ ਥੋੜ੍ਹਾ ਸੁਣ ਯਾਰ, ਦੇਖੀਏ ਇੰਨੇ ਸੋਹਣੇ ਲੱਗਦੇ, ਤੋੜਨ ਨੂੰ ਵੀ ਜੀ ਨਹੀਂ ਕਰਦਾ, ਟਾਣੀ ਨਾਲੋਂ ਇੰਝ ਹੀ ਕਰਦਾ ਵੀ ਥੱਲੋਂ ਹੀ ਚੱਕ ਕੇ ਖਾ ਲਾ। ਥੱਲੋਂ ਚੱਕਿਆ ਦਿਖਾਇਓ, ਦੇਖੋ ਥੱਲੋਂ ਚੱਕਿਆ ਵੀ ਸੇਬ ਐਡਾ ਵੱਡਾ ਤੇ ਐਡਾ ਵਧੀਆ ਸੋਹਣਾ ਹੈਗਾ। ਹੁਣ ਤਾਂ ਦੱਸ ਦਿਓ ਸਬਸਕ੍ਰਾਈਬਰੋ, ਕਿਹਨੇ ਕਿਹਨੇ ਮੰਗਾਉਣੀ ਆ, ਪੇਟੀ ਭਰ ਲਿਆਉਂਦੇ ਆ, ਫਿਰ ਤਾਂ ਫਿਰ ਰਹਿ ਜਾਣੀ ਆ। ਕਿਹਨੇ ਤਾਂ ਥੱਲੋਂ ਚੱਕ ਚੱਕੀ, ਮੈਂ ਲੱਗਦਾ 2 ਕਿਲੋ ਤਾਂ ਖੁਸ਼ੀ ਥੱਲੋਂ ਹੀ ਚੱਕ ਲਏ। ਕਿੰਨੇ ਚੱਕ ਲਏ ਖੁਸ਼ੀ? ਹਾਂ ਚੱਲ, ਗੁਆਂਢੀਆਂ ਨੂੰ ਇਹ ਨਹੀਂ ਵੰਡਣੇ, ਗੁਆਂਢੀ ਕਹਿਣਗੇ ਵੀ ਥੱਲੋਂ ਚੱਕ ਚੱਕ ਸਾਨੂੰ ਸੇਬ ਲਿਆ ਤੇ ਸਾਰੇ। ਨਹੀਂ ਨਹੀਂ ਨਹੀਂ, ਅੱਗੇ ਤੁਹਾਨੂੰ ਇੱਕ ਹੋਰ ਦਿਖਾਵਾਂਗੇ ਜਿੱਥੋਂ ਆਪਾਂ ਪੇਟੀਆਂ ਖਰੀਦਣੀਆਂ, ਪੇਟੀ ਖਰੀਦਾਂਗੇ ਕਿਤੋਂ। ਤੇ ਵੀ ਆਹ ਪਹੁੰਚ ਗਏ ਹੁਣ ਸੇਬਾਂ ਦੀ ਮੰਡੀ 'ਚ, ਤੇ ਇਹਨੇ ਲੱਲਾ ਜੀ ਸਾਡਾ ਨਾ ਨਾ ਰੇਟ ਨਹੀਂ ਬਣ ਰਿਹਾ, ਇਹ ਲੱਲਾ ਜੀ ਉੱਪਰ ਚੜੇ ਹੋਏ ਨੇ ਤੇ ਅਸੀਂ ਥੱਲੇ ਹਾਂ। ਤੇ ਇੱਧਰ ਦੇਖੋ ਟਰੱਕ ਭਰ ਰਿਹਾ, ਇੰਨੇ ਇੰਨੇ ਸੇਬ ਐਂ ਜਾਂਦੇ ਆ ਇੱਥੋਂ ਪੂਰੇ ਕਸ਼ਮੀਰ ਤੋਂ। ਦੇਖੋ ਆਹ ਪੂਰਾ ਟਰੱਕ ਭਰ ਰਿਹਾ, ਇੱਥੋਂ ਅਸੀਂ ਮਤਲਬ ਇੱਕ ਤਰ੍ਹਾਂ ਨਾਲ ਹੋਲਸੇਲ ਵਾਲਾ ਨਾਲ ਚੱਕਾਂਗੇ ਇਹ ਕ੍ਰੇਟ। ਇੱਕ ਨੰਬਰ ਸੇਬ ਲੈ ਰਹੇ ਹਾਂ ਜਮਾਂ, ਇੱਧਰ ਆ ਇਹ ਮਿਕਸ ਬਰੀਡ ਆ, 2 ਨੰਬਰ ਆ, 1 ਨੰਬਰ ਸੇਬ ਹੈ, ਕ੍ਰੇਟ ਪੂਰਾ ਕ੍ਰੇਟ ਤੇ ਕ੍ਰੇਟ ਖਰੀਦੇ ਜਾ ਰਹੇ, ਅਸੀਂ ਕ੍ਰੇਟ ਲਵਾਂਗੇ ਪੂਰਾ। ਆਹ ਦੇਖੋ, ਇਹ ਦੇਖੋ ਇਹਨੂੰ ਕਹਿੰਦੇ 1 ਨੰਬਰ ਸੇਬ, ਇਹ ਜਿਹੜਾ ਟੋਕਰੀ ਚ ਪੈਕ ਹੁੰਦਾ ਹੁੰਦਾ ਨਾ ਫਲਾਂ ਵਾਲੀ ਟੋਕਰੀ ਚ, ਉਹ ਸੇਬ ਹੈ। ਇਹ ਬ੍ਰਾਂਡਡ ਮਾਲ ਹੈ, ਆਹ ਦੇਖੋ ਆਹ ਹਰੇ ਨੇ, ਐ ਅਲੱਗ ਅਲੱਗ ਕੱਢ ਲੈਂਦੇ ਨੇ ਸਾਰਾ ਸਮਾਨ, ਜਿਵੇਂ ਆਹ ਇਹਨਾਂ ਨੇ ਅਲੱਗ ਕੱਢ ਲਿਆ, ਜਿਹੜਾ ਰੈਡ ਕਲਰ ਦਾ ਇਹ ਅਲੱਗ ਕੱਢ ਲਿਆ, ਠੀਕ ਹੈ। ਤੇ ਹੁਣ ਸ਼ਗਨ ਵਾਲੇ ਭਾਅ ਚ ਇਹਨਾਂ ਨੇ ਦੇਤਾ 1100 ਨੂੰ, ਦੇਤਾ ਨਾ ਦੇਤਾ ਬਸ ਸਾਹਮਣੇ, ਯੈਸ ਕਰ ਦੋ ਵੀ ਸਭ ਕੀ ਸਾਹਮਣੇ, ਕਰ ਦੋ ਕਰ ਦੋ ਕਰ ਦੋ, ਲੱਲਾ ਹੋ ਗਿਆ ਹੋ ਗਿਆ ਹੋ ਗਿਆ, 1100 ਚ ਕਰਾਤਾ। ਇਹ ਦੇਖੋ ਐਡਾ ਭਰਿਆ ਹੋਇਆ, ਇਹ 1100 ਦਾ ਮਿਲਦਾ ਹੈਗਾ, ਤੇ ਸਾਰਾ ਆ ਉੱਤੇ ਚਲ ਮਿਲ ਤਾਰੇ ਐ ਪਾ ਦਿੰਦੇ ਹੈ, ਪਿਆਰ ਡਾਲ ਦੀ ਉੱਪਰ ਸੇ, ਥੈਂਕ ਯੂ ਯਾਰ, ਥੈਂਕ ਯੂ ਸੋ ਮਚ। ਹੈ ਜਿਨ੍ਹਾਂ ਨੇ ਨਾ ਜੂਸ ਵਾਸਤੇ ਸੇਬ ਲੈਣਾ, ਜੇ ਕੋਈ ਪੰਜਾਬ ਚ ਜੂਸ ਵਗੈਰਾ ਕੱਢਦੇ ਆ ਜਾਂ ਸਾਡੀ ਵੀਡੀਓ ਰਾਹੀਂ ਸੁਣਦੇ ਹੋਣਗੇ ਨਾ, ਤੇ ਉਹ ਇੱਥੋਂ ਮਾਲ ਲੈ ਸਕਦੇ ਆ ਸਾਰਾ ਇਹਨਾਂ ਕੋਲ। ਦੇਖੋ ਇੰਨਾ ਮਾਲ ਪਿਆ ਇਹਨਾਂ ਕੋਲੇ ਸਾਰਾ, ਇਹਨਾਂ ਦਾ ਹੀ ਵਿਚਾਰਿਆਂ ਦਾ ਫਾਇਦਾ ਹੋਜੂਗਾ। ਨੰਬਰ ਬੋਲੋ ਬਾਈ, 9906864230, ਠੀਕ ਹੈ, ਮੈਂ ਮੈਂਸ਼ਨ ਵੀ ਕਰ ਦੂੰਗਾ ਨੀਚੇ, ਠੀਕ ਹੈ ਸਰ। ਇਹ ਬਾਈਆਂ ਨਾਲ ਕਰ ਲਿਓ ਕੰਟੈਕਟ ਜਿਹਨੇ ਸਸਤਾ ਚੱਕਣਾ, ਵੀ ਐਸੇ ਅਗਰ ਐਸੇ ਫੋਨ ਆ ਗਏ ਕਿ ਕੋਰੀਅਰ ਕਰ ਦਿਓ ਬਈ 10 ਕਿਲੋ, ਉਹ ਵੀ ਕਰ ਦੋਗੇ, ਲੈ ਕੋਰੀਅਰ ਵੀ ਕਰ ਦੇਣਗੇ ਤੁਹਾਨੂੰ ਸੇਬ। ਇਹ ਫਰੈਂਡਸ ਫਰੂਟ ਕੰਪਨੀ, ਇਹਨਾਂ ਦੀ ਕੰਟੈਕਟ ਨੰਬਰ ਇਹ ਹੈ, ਨੈਸ਼ਨਲ ਹਾਈਵੇ ਕੌਣ ਸਾ ਹੈ ਜੀ, NH 444, ਤੇ ਇੱਥੋਂ ਲੈ ਲਿਓ, ਪੂਰੀ ਫੈਕਟਰੀ ਹੈ ਸ਼ੋਪੀਆਂ ਤੇ ਪੁਲਵਾਮਾ ਦੇ ਵਿੱਚ ਹੈਗਾ ਜਮਾਂ, ਇਹਨਾਂ ਦੀ ਫੈਕਟਰੀ ਸ਼ੋਪੀਆਂ ਤੇ ਪੁਲਵਾਮਾ ਦੇ ਵਿੱਚ ਹੈ, ਇੱਥੋਂ ਅਸੀਂ ਚੱਕਦੇ ਤੇ ਸਾਰੇ ਜਾਣੇ ਬਹੁਤ ਵਧੀਆ ਬਾਈ, ਬਾਈਆਂ ਨੇ ਯਾਰ ਕੈਂਟ ਦਿੱਤਾ, ਬਾਕੀ ਘਰੇ ਜਾ ਕੇ ਰਿਵਿਊ ਦੇਵਾਂਗੇ ਅਸੀਂ ਵੀ ਸੇਬ ਚੰਗੇ ਨਿਕਲਦੇ ਕਿਵੇਂ ਨਿਕਲਦੇ, ਜੇ ਚੰਗੇ ਨਿਕਲੇ ਤਾਂ ਅਗਲੇ ਵਲੌਗ 'ਚ ਰਿਵਿਊ ਆਊਗਾ। ਜਿਹੜਾ ਇਹ ਸ਼ੋਪੀਆਂ ਨਾ, ਇਹਨੂੰ ਟਾਊਨ ਆਫ ਐਪਲਸ ਕਿਹਾ ਜਾਂਦਾ ਹੈਗਾ ਸ਼ੋਪੀਆਂ ਨੂੰ, ਤੇ ਸੇਬਾਂ ਦਾ ਸ਼ਹਿਰ ਪੂਰਾ। ਸਾਹਮਣੇ ਕੀ ਲਿਖਿਆ, ਵੈਲਕਮ ਟੂ ਐਪਲ ਟਾਊਨ ਸ਼ੋਪੀਆਂ, ਤੇ ਸੇਬਾਂ ਦਾ ਸ਼ਹਿਰ ਇਹ, ਮੈਂ ਤੁਹਾਨੂੰ ਪਹਿਲਾਂ ਹੀ ਦੱਸਤਾ ਸੀਗਾ ਕਸ਼ਮੀਰ ਤੇ ਪੂਰਬ ਚ ਸੇਬ ਇੱਥੇ ਦਾ ਮਸ਼ਹੂਰ ਆ। ਜਦੋਂ ਇਹਨਾਂ ਸ਼ੋਪੀਆਂ ਆ ਜਾਂਦੇ ਆ ਤੇ ਦੁਬਾਰਾ ਪਹਾੜ ਸ਼ੁਰੂ ਹੋ ਜਾਂਦੇ ਆ, ਹੁਣ ਇਧਰਲੇ ਪਾਸੇ ਸਾਨੂੰ ਦੂਰ ਤੱਕ ਪਹਾੜ ਦਿਖਣੇ ਸ਼ੁਰੂ ਹੋ ਗਏ, ਤੇ ਬੜਾ ਸੋਹਣਾ ਰਹੂਗਾ ਮੈਨੂੰ ਲੱਗਦਾ ਐਕਸਪੀਰੀਅੰਸ ਅੱਗੇ ਦਾ। ਜੇ ਕਸ਼ਮੀਰ ਤੋਂ ਨਾ ਪੰਜਾਬ ਨੂੰ ਜਾਣਾ ਹੋਵੇ ਜਾਂ ਪੰਜਾਬ ਤੋਂ ਕਸ਼ਮੀਰ ਆਉਣਾ ਹੋਵੇ ਤਾਂ 1 ਦਿਨ 'ਚ ਸਫ਼ਰ ਬਹੁਤ ਮੁਸ਼ਕਲ ਨਾਲ ਨਿਬੜਦਾ, ਤੇ ਇਹਦੇ ਲਈ 2 ਦਿਨ ਚਾਹੀਦੇ ਹੁੰਦੇ ਆ, ਤੇ ਅਸੀਂ ਤਾਂ ਸਗੋਂ ਦੀ ਉਹਨਾਂ ਸਾਹਮਣੇ ਵਾਲੇ ਪਹਾੜਾਂ ਵਿੱਚੋਂ ਦੀ ਹੋ ਕੇ ਜਾਣਾ ਗਾ। ਤੇ ਕੱਲ੍ਹ ਦਾ ਵਲੌਗ ਆਪਣਾ ਲਾਸਟ ਵਲੌਗ ਹੋਊਗਾ, ਉਹ ਜ਼ਰੂਰ ਦੇਖਿਓ। ਮੁਗਲਾਂ ਨੇ ਇਹ ਰੋਡ ਬਣਾਇਆ ਸੀਗਾ, ਬਹੁਤ ਸੋਹਣਾ ਰੋਡ ਹੈ, ਪੂਰੇ ਕਸ਼ਮੀਰ ਦਾ ਸਭ ਤੋਂ ਸੋਹਣਾ ਰੋਡ। 4ਥੀ ਟੈਂਕੀ ਇਹ ਸਾਡੀ, ਜਿਹੜੇ ਪੁੱਛਦੇ ਸੀ ਤੇਲ ਕਿੰਨਾ ਖਾ ਗਈ ਉਹ ਵੀ ਹਿਸਾਬ ਦੇ ਦਾਂ, ਤੇ ਮੇਰੇ ਖਿਆਲ 'ਚ ਘਰੇ ਪਾਉਣ 'ਚ ਹੁਣ 3.5 ਟੈਂਕੀ ਆ, ਤਾਂ ਖਾਈ ਬੈਠੀ ਸੀ ਗੱਡੀ, ਤੇ 1/2 ਟੈਂਕੀ ਤੋਂ ਦੁਬਾਰੇ ਮੈਂ ਫੁੱਲ ਕਰਾ ਰਿਹਾ, ਤੇ ਪੂਰੀ ਟੈਂਕੀ ਖਾ ਜੂ, ਮਤਲਬ ਆ ਪਿੰਡ ਜਾਂਦੇ 4 ਟੈਂਕੀਆਂ ਤੇਲ ਦੀਆਂ ਖਾ ਗਈ, ਕਿੰਨੇ 70 ਲੀਟਰ ਦੀ ਹੈ, 80 ਦੀ ਹੈ ਵੈਸੇ,
80 ਦੇ ਵੈਸੇ ਅਸੀਂ 70 ਕਤੇ ਭਰਾ ਲੈਂਦੇ ਹੁੰਦੇ ਸੀਗੇ ਤੇ ਮੁਗਲ ਫਿਲਿੰਗ ਸਟੇਸ਼ਨ ਅੱਜ ਤੋਂ ਬਾਅਦ ਚ ਮੁਗਲ ਰੋਡ ਸ਼ੁਰੂ ਹੋ ਜਾਣਾ ਜਿਹੜੇ ਤੁਹਾਨੂੰ ਪਹਾੜ ਦਿਖਾਏ ਆ ਨਾ ਸਾਰੇ ਤੇ ਸਾਰੇ ਦਾ ਸਾਰਾ ਮੁਗਲ ਰੋਡ ਹੈ ਇਸ ਤੋਂ ਅੱਗੇ ਤੇ ਬੜਾ ਸੋਹਣਾ ਹੈਗਾ ਮੁਗਲ ਰੋਡ ਤੇ ਮੌਸਮ ਵੀ ਉੱਤੋਂ ਵਧੀਆ ਹੋਇਆ ਪਿਆ ਅੱਜ ਦੇਖੋ ਬੱਦਲ ਵਾਈ ਹੋਈ ਪਈ ਆ ਸਾਰੇ ਕਸ਼ਮੀਰ 'ਚ ਟੂਰ 'ਚ ਧੁੱਪ ਰਹੀ ਆ ਪੂਰੀ ਅੱਜ ਜਦੋਂ ਜਾ ਰਹੇ ਸੀਗੇ ਵਾਪਸ ਤੇ ਉਦੋਂ ਇਹੋ ਜਿਹਾ ਮੌਸਮ ਹੋ ਗਿਆ ਇਹ ਆ ਗਿਆ ਸ਼ੋਪੀਆਂ ਸ਼ਹਿਰ ਤੇ ਕਸ਼ਮੀਰ ਵੈਲੀ ਦਾ ਲਗਭਗ ਇਹ ਲਾਸਟ ਸ਼ਹਿਰ ਹੈਗਾ ਕੱਲ੍ਹ ਨੂੰ ਜਦੋਂ ਆਪਾਂ ਮੁਗਲ ਰੋਡ ਕ੍ਰੋਸ ਕਰ ਜਾਂਗੇ ਉੱਧਰਲੇ ਪਾਸੇ ਪੁੰਛ ਅਤੇ ਰਜੌਰੀ ਸੈਕਟਰ ਆ ਜਾਂਦੇ ਨੇ ਅਤੇ ਕਸ਼ਮੀਰ ਦੀ ਵਾਦੀ ਖਤਮ ਹੋ ਜਾਂਦੀ ਕਮਾਲ ਦਾ ਵਿਊ ਹੈ ਯਾਰ ਸਾਹਮਣੇ ਵਾਲੇ ਪਾਸੇ ਪਹਾੜ ਸਾਰੇ ਦੇ ਸਾਰੇ ਅਤੇ ਉੱਚੇ ਉੱਚੇ ਪਹਾੜ ਪੀਰ ਕੀ ਗਲੀ ਬਹੁਤ ਮਸ਼ਹੂਰ ਹੈ ਇੱਥੋਂ ਦੀ ਮੁਗਲ ਰੋਡ ਦੀ ਅਤੇ ਵੈਸੇ ਤਾਂ ਜਿਹੜਾ ਸ਼੍ਰੀਨਗਰ ਨੂੰ ਆਉਣ ਦਾ ਪੁਰਾਣਾ ਰੋਡ ਹੁੰਦਾ ਸੀ ਇਹੀ ਹੁੰਦਾ ਸੀ ਵਾਇਆ ਮੁਗਲ ਰੋਡ ਆਇਆ ਕਰਦੇ ਸੀ ਲੋਕ ਅਤੇ ਉੱਧਰ ਦੀ ਤਾਂ ਨਵਾਂ ਹਾਈਵੇ ਬਣਿਆ ਹੁਣ ਅਤੇ ਅਸੀਂ ਪੁਰਾਣੇ ਰੋਡ ਉੱਪਰ ਦੀ ਜਾਂਦੇ ਹਾਂ ਜਿਹੜੇ ਵੀ ਬੰਦੇ ਕਸ਼ਮੀਰ ਆਉਂਦੇ ਆ ਨਾ ਉਹ ਸ਼੍ਰੀਨਗਰ ਹੋ ਕੇ ਅਤੇ ਪਠਾਨਕੋਟ ਸ਼੍ਰੀਨਗਰ ਉੱਧਰ ਹੀ ਵਾਪਸ ਮੁੜ ਜਾਂਦੇ ਆ ਦੇਖੋ ਕਿੱਡਾ ਸੋਹਣਾ ਨਜ਼ਾਰਾ ਇਹ ਹੈਗਾ ਸ਼ੋਪੀਆਂ ਪੁਲਵਾਮਾ ਵਾਲੀ ਸਾਈਡ ਕਸ਼ਮੀਰ ਦੀ ਅਤੇ ਹੁਣ ਆਪਾਂ ਜਾਣਾਗਾ ਮੁਗਲ ਰੋਡ ਉਹ ਸਾਹਮਣੇ ਵਾਲੇ ਪਾਸੇ ਉੱਪਰ ਚੜ੍ਹਨਾ ਹੈਗਾ ਸਾਰਾ ਅਤੇ ਘਰ ਨੂੰ ਜਾ ਰਹੇ ਹਾਂ ਅਤੇ ਸਫ਼ਰ ਆਪਣਾ ਕਸ਼ਮੀਰ ਦਾ ਸਮਾਪਤ ਹੋ ਰਿਹਾ ਪਿਛਲੇ ਪਾਸੇ ਇੱਧਰਲੇ ਪਾਸੇ ਦੇਖੋ ਸ਼੍ਰੀਨਗਰ ਵਾਲੀ ਸਾਈਡ ਰਹਿ ਗਈ ਅਤੇ ਬੜਾ ਸੋਹਣਾ ਨਜ਼ਾਰਾ ਯਾਰ ਇੱਧਰਲੇ ਪਾਸੇ ਵੀ ਨਾ ਕਸ਼ਮੀਰ ਦੇ ਕਦੇ ਆਇਓ ਅਤੇ ਇਸ ਚੀਜ਼ ਨੂੰ ਮੈਂ ਟਾਈਮ ਘੱਟ ਦੇ ਸਕਿਆ ਵੈਸੇ ਮੇਰਾ ਦਿਲ ਕਰਦਾ ਕਿ ਦੁਬਾਰਾ ਜਦੋਂ ਆਵਾਂਗੇ ਉਦੋਂ ਇਹ ਸਾਈਡ ਕਸ਼ਮੀਰ ਦੀ ਦੇਖਾਂਗੇ ਇਹਨੂੰ ਵੈਸਟ ਕਸ਼ਮੀਰ ਬੋਲ ਦਿੰਦੇ ਆ ਅਤੇ ਰਜੌਰੀ ਪੈ ਜਾਂਦਾ ਇੱਧਰ ਪੁੰਛ ਪੈ ਜਾਂਦਾ ਹੈ ਪੁਲਵਾਮਾ ਸੋਪੀਆਂ ਸਾਰੇ ਦੇਖਣ ਵਾਲੀਆਂ ਜਗ੍ਹਾਵਾਂ ਨੇ ਮੈਨੂੰ ਲੱਗਦਾ ਇਹ ਵੀ ਕਿਉਂਕਿ ਸਾਨੂੰ ਐਮਰਜੈਂਸੀ ਇਹ ਹੈ ਖੁਸ਼ੀ ਦਾ ਬਰਥਡੇ ਆ ਰਿਹਾ ਹੈਗਾ 2 ਦਿਨ ਬਾਅਦ ਅਤੇ ਅਸੀਂ ਸੈਲੀਬ੍ਰੇਟ ਕਰਨਾ ਹੈਗਾ ਪੰਜਾਬ ਖੁਸ਼ੀ ਦੀਆਂ ਫਰੈਂਡਸ ਨਾਲ ਸਾਰੀਆਂ ਨਾਲ ਅਤੇ ਉਹਨਾਂ ਦੇ ਹਸਬੈਂਡਸ ਨਾਲ ਮੇਰੇ ਦੋਸਤ ਕੌਣ ਕੌਣ ਆ ਰਹੇ ਉਹ ਤੁਹਾਨੂੰ ਮੈਂ ਮੌਕੇ 'ਤੇ ਦੱਸੂੰਗਾ ਕਿਉਂਕਿ ਮੇਰਾ ਅਜੇ ਕੋਈ ਪਲੈਨ ਨਹੀਂ ਖੁਸ਼ੀ ਦੀਆਂ ਫਰੈਂਡਸ ਨਾਲ ਹੀ ਹੈਗਾ ਮੇਰਾ ਬਰਥਡੇ ਸਾਡੇ ਪੇਰੈਂਟਸ ਨਾਲ ਸੀ ਉਹ ਤੁਸੀਂ ਦੇਖ ਹੀ ਲਿਆ ਅਤੇ ਉਹਦਾ ਵੀ ਆਪਾਂ ਵਲੌਗ ਪਾਵਾਂਗੇ ਅਗਲੇ 2 ਦਿਨਾਂ ਬਾਅਦ ਅਤੇ ਬਾਕੀ ਖੁਸ਼ੀ ਅੱਜ ਵਲੌਗ ਮੈਂ ਹੀ ਸਮਾਪਤ ਕਰੂੰਗਾ ਕਿਉਂਕਿ ਡੈਕੋਰੇਸ਼ਨ ਕੀ ਕਰਾਉਣੀ ਆ ਕਿੱਥੇ ਕਰਨਾ ਕਿਵੇਂ ਕਰਨਾ ਸਾਰੀਆਂ ਤਿਆਰੀਆਂ ਜੁਲਝੀ ਹੋਈ ਹੈ ਸਾਡੇ ਕੋਲ ਥੋੜ੍ਹਾ ਟਾਈਮ ਘੱਟ ਸੀਗਾ ਅਸੀਂ ਇਹ ਸੋਚ ਕੇ ਆਏ ਸੀਗੇ ਵੀ ਕਸ਼ਮੀਰ ਦੀਆਂ ਸਾਰੀਆਂ ਜਗ੍ਹਾਵਾਂ ਕਵਰ ਹੋ ਜਾਣਗੀਆਂ ਇੰਨੇ ਕੁ ਦਿਨਾਂ 'ਚ ਪਰ ਪੋਸੀਬਲ ਨਹੀਂ ਹੋਇਆ ਨਹੀਂ ਕਰ ਸਕੇ ਅਤੇ ਖੁਸ਼ੀ ਦੀ ਗੱਲ ਕੀ ਰਹੀ ਅਤੇ ਵੀ ਖੁਸ਼ੀ ਬਿਮਾਰ ਨਹੀਂ ਹੋਈ ਐਤਕੀ ਇਹ ਟੂਰ 'ਤੇ ਸਹੀ ਸਲਾਮਤ ਟੂਰ ਲੰਘੇ ਆਪਣਾ ਸਾਰਾ ਵਧੀਆ ਹਾਂਜੀ ਚੁਗਲੀਆਂ ਨਹੀਂ ਕਰ ਰਿਹਾ ਤੁਹਾਡੀਆਂ ਮੈਂ ਤਾਰੀਫਾਂ ਕਰ ਰਿਹਾ ਅਤੇ ਬਾਕੀ ਆਪਣਾ ਅਗਲਾ ਜਿਹੜਾ ਟੂਰ ਹੋਊਗਾ ਇਸ ਤੋਂ ਬਾਅਦ ਉਹ ਵੀ ਬੜੀ ਜਲਦੀ ਸ਼ੁਰੂ ਕਰਾਂਗੇ ਅਗਲੇ  4-5 ਦਿਨ 'ਚ 1 ਹਫ਼ਤੇ ਦੇ ਅੰਦਰ ਅੰਦਰ ਅਤੇ ਅਸੀਂ ਜਾਣਾ ਹੈਗਾ ਇਸ ਤੋਂ ਬਾਅਦ ਕਾਲੇ ਪਾਣੀ ਜਿਹਨੂੰ ਕਹਿੰਦੇ ਆ ਅੰਡੇਮਾਨ ਨਿਕੋਬਾਰ ਅੱਜ ਦੇ ਟਾਈਮ 'ਚ ਅਤੇ ਪੁਰਾਣੇ ਟਾਈਮ 'ਚ ਉਹਨੂੰ ਕਹਿੰਦੇ ਸੀ ਕਾਲੇ ਪਾਣੀ ਭੇਜਦਾ ਉਹ ਕਾਲਾ ਪਾਣੀ ਕਿਹੋ ਜਿਹਾ ਅਤੇ ਕਾਲੇ ਪਾਣੀ ਦੀ ਜੇਲ੍ਹ ਕਿਹੋ ਜਿਹੀ ਹੈ ਕੀ ਕੁਛ ਹੈ ਉੱਥੇ ਦੇਖਣ ਵਾਲਾ ਉਹ ਸਾਰਾ ਕੁਛ ਹੁਣ ਨੈਕਸਟ ਸੀਰੀਜ਼ 1 ਹਫ਼ਤੇ ਬਾਅਦ ਸ਼ੁਰੂ ਹੋ ਜਾਣੀ ਆਪਣੀ ਅੰਡੇਮਾਨ ਨਿਕੋਬਾਰ ਦੀ ਉਹ 'ਚ ਤੁਹਾਨੂੰ ਦਿਖਾਵਾਂਗੇ ਦੇਖੋ ਯਾਰ ਕਸ਼ਮੀਰ ਦਾ ਕਿੰਨਾ ਸੋਹਣਾ ਇਲਾਕਾ ਇੱਧਰਲਾ ਵੀ ਜਿਹੜਾ ਸਾਊਥ ਕਸ਼ਮੀਰ ਹੈਗਾ ਅਤੇ ਸਰਦੀਆਂ 'ਚ ਨਾ ਇਹ ਸਾਰਾ ਇਲਾਕਾ ਬਰਫ਼ ਨਾਲ ਭਰ ਜਾਂਦਾ ਪੂਰਾ ਚਿੱਟੀ ਚਾਦਰ ਵਿਛੀ ਹੁੰਦੀ ਹੈ ਇਹਦੇ 'ਤੇ ਅਤੇ ਉੱਧਰ ਪੀਰ ਕੀ ਗਲੀ ਅਤੇ ਮੁਗਲ ਰੋਡ ਆ ਗਿਆ ਉਹਨਾਂ ਪਹਾੜਾਂ ਵਿੱਚੋਂ ਦੀ ਲੰਘਦਾ ਜੰਮੂ ਨੂੰ ਅਤੇ ਬਹੁਤ ਸੋਹਣਾ ਇਲਾਕਾ ਜਦੋਂ ਵੀ ਤੁਸੀਂ ਉਹ ਵਾਹ ਕਮਾਲ ਆ ਯਾਰ ਉੱਪਰ ਆ ਕੇ ਤਾਂ ਬਹੁਤ ਸੋਹਣਾ ਦਿਖਦਾ ਸੱਚੀ ਕਮਾਲ ਦਾ ਨਜ਼ਾਰਾ